ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਪਵਿੱਤਰ ਧਰਤੀ 'ਤੇ ਅੱਜ ਤੀਜਾ ਦਿਨ ਨਗਰ ਕੀਰਤਨ ਕੀਰਤਨ ਸ਼ੋਲਾ ਪੜ੍ਹਨ ਤੋਂ ਅਰਦਾਸ ਕਰਨ ਤੋਂ ਉਪਰੰਤ ਸਮਾਪਤ ਹੋ ਗਿਆ। ਅੱਜ ਤੀਜਾ ਦਿਨ ਠਾਠਾ ਮਾਰਦਾ ਇਕੱਠ ਲੱਖਾਂ ਦੀ ਤਾਦਾਦ 'ਚ ਜਿੱਥੇ ਸ਼ਹੀਦੀ ਜੋੜ ਮਿਲ 'ਤੇ ਸੰਗਤ ਸ਼ਰਧਾ ਦੇ ਫੁੱਲ ਭੇਟ ਕਰਨ ਆਉਂਦੀ ਆ ਸ਼ਹੀਦਾਂ ਨੂੰ। ਉੱਥੇ ਪਹਿਲੀ ਵਾਰ ਹੋਇਆ ਕਿ ਫਤਿਹਗੜ੍ਹ ਸਾਹਿਬ 'ਤੇ ਜਗ੍ਹਾ ਜਗ੍ਹਾ 'ਤੇ ਦਸਤਾਰ ਬੰਦੀ ਦੇ ਮੁਕਾਬਲੇ ਤਾਂ ਕੀ ਦਸਤਾਰ ਦੇ ਲੰਗਰ ਲਗਾਏ ਜਾ ਰਹੇ ਨੇ। ਬਹੁਤ ਵੱਡੀ ਸੇਵਾ ਹੈ ਸੰਸਥਾਵਾਂ ਦੀ। ਲੁਧਿਆਣੇ ਤੋਂ ਲੰਗਰ ਲਾਇਆ ਦਸਤਾਰਾਂ ਦਾ ਲੰਗਰ। ਪਹਿਲੀ ਵਾਰ ਹੋਇਆ ਕਿ ਸੈਂਕੜੇ ਤਾਦਾਦ 'ਚ ਫਤਿਹਗੜ੍ਹ ਸਾਹਿਬ ਦੇ ਫ੍ਰੀ ਦਸਤਾਰਾਂ ਦੇ ਲੰਗਰ ਲਗਾਏ ਗਏ ਨੇ, ਜਿੱਥੇ ਕਿ ਪੱਗਾਂ ਫ੍ਰੀ ਦਿੱਤੀਆਂ ਗਈਆਂ ਨੇ, ਫ੍ਰੀ ਸਿਖਲਾਈ ਦਿੱਤੀ ਜਾ ਰਹੀ ਹੈ। ਸੁਨੇਹਾ ਯੂਥ ਵੱਲੋਂ ਸਿੱਖੀ ਨੂੰ ਪੜਾਓ। ਸਮੇਂ ਨੇ ਕਰਵਟ ਲਈ ਦਿੱਲੀ ਮੋਰਚਾ ਲੱਗਿਆ, ਸਮੇਂ ਨੇ ਕਰਵਟ ਲੈ ਕੇ ਸਿੱਖੀ ਦੇ ਰੰਗ ਬਖੇਰੇ ਨੇ। ਜਿਹੜੇ ਨੌਜਵਾਨ ਆਪਣੇ ਦਾੜੇ ਕਟਾਈ ਫਿਰਦੇ ਨੇ ਔਰ ਕੇਸਾਂ ਤੋਂ ਵਾਂਝੇ ਨੇ, ਦਸਤਾਰਾਂ ਤੋਂ ਵਾਂਝੇ ਨੇ, ਉਹਨਾਂ ਦਾ ਮੋੜਾ ਸਿੱਖੀ ਵੱਲ ਪੈ ਗਿਆ। ਕਿਰਪਾ ਹੋਈ ਸਾਰੀਆਂ ਸੰਸਥਾਵਾਂ 'ਤੇ ਗੱਲ ਕਰਾਂਗੇ। ਹਾਂਜੀ ਚੇਅਰਮੈਨ ਸਾਹਿਬ ਨੇ ਸਾਡੇ ਟਵਾਣਾ ਜੀ। ਹਾਂਜੀ ਚੇਅਰਮੈਨ ਸਾਹਿਬ, ਕਿਵੇਂ ਤੁਹਾਨੂੰ ਇਹ ਗੱਲ ਜਾਗੀ ਵੀ ਜਿਹੜਾ ਦਸਤਾਰਾਂ ਦਾ ਲੁਧਿਆਣੇ ਤੋਂ ਉੱਥੇ ਆ ਕੇ ਲੰਗਰ ਲਗਾਉਣਾ? ਸਾਡੀ ਇਹ ਨਿਮਾਣੀ ਜੀ ਕੋਸ਼ਿਸ਼ ਜਿਹੜੀ ਧਰਮ ਅਤੇ ਵਿਰਸਾ ਕਲੱਬ ਦੀ ਆ, ਅਸੀਂ ਬੜੇ ਲੰਬੇ ਸਮੇਂ ਤੋਂ ਧਰਮ ਸੰਬੰਧੀ ਅਤੇ ਹੋਰ ਸਮਾਜਿਕ ਜਿੰਨੇ ਵੀ ਕੰਮ ਅਸੀਂ ਬੜੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਾਂ। ਅਸੀਂ ਦੇਖਿਆ ਕਿ ਜਿੱਥੇ ਸੰਗਤ ਦਾ ਹਜ਼ੂਮ ਆ, ਇਹ ਪੰਜਾਬੀਆਂ ਦੀ ਬੜੀ ਵੱਡੀ ਖਾਸੀਅਤ ਆ, ਉੱਥੇ ਸਭ ਤੋਂ ਪਹਿਲਾਂ ਲੰਗਰਾਂ ਦੀ ਸੇਵਾ ਕਰਦੇ ਆ। ਅਸੀਂ ਦਿੱਲੀ ਵੀ ਜਾ ਕੇ ਪੱਗਾਂ ਦਾ ਲੰਗਰ ਦੀ ਸੇਵਾ ਕਰਕੇ ਆਏ ਹਾਂ, ਅਤੇ ਉਸ ਤੋਂ ਬਾਅਦ ਇੱਥੇ ਅੱਜ ਅਸੀਂ ਸੇਵਾ ਕਰ ਰਹੇ ਹਾਂ। ਇਹ ਸੋਚ ਸਾਡੀ ਬਣੀ, ਜਿਹੜੀ ਦਸਤਾਰ ਆ ਇਹ ਸਿੱਖੀ ਦਾ ਤਾਜ ਆ, ਅਤੇ ਜੇ ਗੱਲ ਇਸ ਤਾਜ ਦੀ ਕਰੀਏ, ਜਦੋਂ ਦਸਮੇਸ਼ ਪਤਾ ਗੁਰੂ ਸਾਹਿਬਾਨ ਨੇ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਇਹ ਹੁਕਮ ਦਿੱਤਾ ਕਿ ਤੁਸੀਂ ਦਸਤਾਰ ਸਜਾਉਣੀ ਆ, ਕਿਉਂਕਿ ਦਸਤਾਰ ਦੇ ਨਾਲ ਜਿਹੜਾ ਖਾਲਸਾ ਉਹ ਹਜ਼ਾਰਾਂ ਲੱਖਾਂ ਦੇ ਵਿੱਚ ਪਛਾਣਿਆ ਜਾਂਦਾ। ਜਿਹੜਾ ਗੁਰੂ ਸਾਹਿਬ ਨੇ ਸਾਨੂੰ ਕਕਾਰ ਦਿੱਤਾ, ਉਸ ਕਕਾਰ ਨੂੰ ਸਾਂਭਣ ਦੇ ਵਿੱਚ ਵੀ ਜਿਹੜੀ ਦਸਤਾਰ ਆ ਸਾਡੀ ਮਦਦ ਕਰਦੀ ਆ। ਇਸ ਤੋਂ ਇਲਾਵਾ ਦਸਤਾਰ ਜਿਹੜੀ ਆ ਪੰਜਾਬੀਆਂ ਦਾ ਤਾਜ ਜਾਂ ਸਿੱਖੀ ਦਾ ਤਾਜ ਕਿਹਾ ਜਾਂਦਾ। ਸਾਡੀ ਅੱਜ ਪੂਰੀ ਕਲੱਬ ਵੱਲੋਂ ਧਰਮ ਅਤੇ ਵਿਰਸਾ ਵੱਲੋਂ ਇਹ ਨਿਮਾਣੀ ਜੀ ਕੋਸ਼ਿਸ਼ ਆ। ਇਹ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਆ। ਅਸੀਂ ਸਮੁੱਚੀ ਟੀਮ ਵੱਲੋਂ ਅੱਜ ਇੱਥੇ ਸੰਗਤ ਦੇ ਰੂਪ ਦੇ ਵਿੱਚ ਸੇਵਾ ਲੈ ਕੇ ਆਏ ਹਾਂ, ਔਰ ਜਿੰਨਾ ਸਹਿਯੋਗ ਸਾਨੂੰ ਇੱਥੋਂ ਦੀ ਸੰਗਤ ਨੇ ਦਿੱਤਾ, ਅਸੀਂ ਮੀਡੀਆ ਰਾਹੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਗਰ ਇਸੇ ਤਰ੍ਹਾਂ ਸਾਡੇ 'ਤੇ ਸੰਗਤ ਦਾ ਸਿਰ 'ਤੇ ਹੱਥ ਰਿਹਾ, ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਹੋਰ ਇੱਦਾਂ ਦੇ ਸੇਵਾ ਦੇ ਪ੍ਰੋਗਰਾਮ ਬਣਾਉਂਦੇ ਰਹਾਂਗੇ, ਤਾਂ ਜੋ ਜਿਹੜੀ ਪਤਤਣ ਵਾਲਾ ਜਿਹਦੀ ਨੌਜਵਾਨੀ ਜਾ ਰਹੀ ਆ, ਜੋ ਦੇਸ਼ ਦੀ ਰੀੜ੍ਹ ਦੀ ਹੱਡੀ ਕਹੀ ਜਾਂਦੀ ਆ, ਉਹਨੂੰ ਨੌਜਵਾਨੀ ਨੂੰ ਸਿੱਖੀ ਨਾਲ ਜੋੜ ਕੇ ਕਿਸੇ ਲੇਖੇ ਲਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਤਾਰ ਸਿੱਖਾਂ ਦੇ ਲਈ ਬਹੁਤ ਵੱਡੀ ਮਹੱਤਤਾ ਰੱਖਦੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ 9 ਸਾਲ ਦੀ ਉਮਰ ਦੇ ਵਿੱਚ ਹਿੰਦੂਆਂ ਨੂੰ ਬਚਾਉਣ ਦੇ ਲਈ ਪਿਤਾ ਦਾ ਬਲਿਦਾਨ ਦੇਣ ਲਈ ਦਿੱਲੀ ਭੇਜਿਆ, ਤਾਂ ਭਾਈ ਜੇਤਾ ਜੀ ਗੁਰੂ ਸਾਹਿਬਾਨ ਦਾ ਸੀਸ ਹੀ ਲੈ ਕੇ ਆਏ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੁੱਛਿਆ ਭਾਈ ਉੱਥੇ ਕਿੰਨੇ ਕੁ ਸਿੱਖ ਸਨ, ਤਾਂ ਭਾਈ ਜੇਤਾ ਨੇ ਕਿਹਾ ਵੀ ਉੱਥੇ ਗੁਰੂ ਜੀ ਪਤਾ ਨਹੀਂ ਲੱਗਿਆ ਵੀ ਸਿੱਖ ਕਿੰਨੇ ਸੀ, ਮੁਸਲਮਾਨ ਕਿੰਨੇ ਸੀ, ਸਭ ਦੇ ਦਾੜੇ ਸਨ, ਸਭ ਦੇ ਪਰਨੇ ਬੰਨੇ ਹੋਏ ਸਨ। ਉਸ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਇੱਕ ਅਜਿਹੀ ਫੌਜ ਤਿਆਰ ਕੀਤੀ ਦਸਤਾਰ ਵਾਲੀ, ਕਿਹਾ ਵੀ ਲੱਖਾਂ ਦੇ ਵਿੱਚੋਂ ਸਾਡੇ ਤੁਹਾਨੂੰ ਸਰਦਾਰ ਨੂੰ ਪਹਿਚਾਣਿਆ ਜਾਊਗਾ, ਲੱਖਾਂ ਦੇ ਵਿੱਚੋਂ ਸਰਦਾਰ ਕਹਿ ਕੇ ਤੁਹਾਨੂੰ ਆਵਾਜ਼ ਮਾਰੀ ਜਾਊਗੀ। ਸੋ ਦਸਤਾਰਾਂ ਸਾਡੇ ਪਿਤਾ ਗੋਬਿੰਦ ਸਿੰਘ ਪਾਤਸ਼ਾਹ ਨੇ ਦਸਤਾਰਾਂ ਦੀ ਬਖਸ਼ਿਸ਼ ਕੀਤੀ। ਖੁੰਝ ਗਏ ਸੀ ਨੌਜਵਾਨ ਦਸਤਾਰਾਂ ਤੋਂ, ਫਿਰ ਕਰਵਟ ਲਈ ਸਮੇਂ ਨੇ, ਅੱਜ ਉਹ ਸਮਾਂ ਆ ਗਿਆ ਕਿ ਨੌਜਵਾਨ ਮੁੰਡੇ ਸੰਸਥਾ ਵਾਲੇ ਨੇ ਜਿੰਨੇ ਵੀ ਪੂਰੇ ਪੰਜਾਬ 'ਚੋਂ ਇੱਥੇ ਦਸਤਾਰਾਂ ਦੇ ਫ੍ਰੀ ਲੰਗਰ ਲਗਾਏ ਨੇ, ਵੱਡੀ ਘਾਲਣਾ ਆਪਣਾ ਦਸਬੰਧ ਕੱਢ ਕੇ ਦਸਤਾਰਾਂ ਖਰੀਦ ਕੇ ਜਿਹੜੇ ਫ੍ਰੀ ਲੰਗਰ ਨੇ ਇੱਥੇ ਲਗਾਏ ਜਾਂਦੇ ਨੇ, ਦਸਤਾਰਾਂ ਵੀ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਔਰ ਲੰਗਰ ਸਿਖਾਈਆਂ ਵੀ ਜਾ ਰਹੀਆਂ ਨੇ। ਹਾਂਜੀ, ਕੀ ਨਾਮ ਜੀ ਤੁਹਾਡਾ? ਸਰੂਪ ਸਿੰਘ ਉਠਾੜੋ ਜੀ, ਮੁੱਖ ਸੇਵਾਦਾਰ ਧਰਮ ਅਤੇ ਵਿਰਸਾ ਕਲੱਬ। ਹਾਂਜੀ, ਧਰਮ ਅਤੇ ਵਿਰਸਾ ਕਲੱਬ ਦੇ ਮੁੱਖ ਸੇਵਾਦਾਰ ਨੇ। ਹਾਂਜੀ, ਅੱਜ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਜੀ, ਫਤਿਹਗੜ੍ਹ ਸਾਹਿਬ ਧਰਤੀ 'ਤੇ ਜਿਵੇਂ ਕਿ ਸਾਡੇ ਆਪਣੇ ਘਰ 'ਚ ਕੋਈ ਬਜ਼ੁਰਗ ਜੋ ਘਰੋਂ ਜਾਣ ਤੋਂ ਬਾਅਦ ਉਹਨਾਂ ਨੂੰ ਆਪਣੇ ਵੱਡੇ ਪੁੱਤਰ ਨੂੰ ਪੱਗ ਦਿੰਦੇ ਹਾਂ,
ਤਾਂ ਕਿ ਉਹਨੂੰ ਕਹੀਦਾ ਵੀ ਆਪਣਾ ਘਰ ਤਾਂ ਅੱਜ ਤੋਂ ਬਾਅਦ ਤੇਰੇ ਸੰਭਾਲੇ ਕਰਤਾ, ਤੂੰ ਸੰਭਾਲਣਾ। ਉਸੇ ਤਰ੍ਹਾਂ ਸਾਨੂੰ ਗੁਰੂ ਜੀ ਨੇ ਪੱਗ ਦੀ ਦਾਤ ਬਖਸ਼ ਕੇ ਸਾਨੂੰ ਇਹ ਸਿੱਖੀ ਦਾ ਇੱਕ ਦਿੱਤਾ ਉਪਦੇਸ਼ ਦਿੱਤਾ ਵੀ ਤੁਸੀਂ ਇਹ ਸੰਭਾਲਣਾ, ਇਸ ਗੁਰੂ ਦੀ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜਨਾ ਅਤੇ ਇਹਨਾਂ ਦਾ ਖਾਸ ਧਿਆਨ ਰੱਖਣਾ। ਇਹ ਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਵੱਖਰੀ ਕੌਮ ਸਿੱਖ ਬਣਾਈ, ਜੋ ਕਿ ਪਹਿਚਾਣ ਸਾਡੀ ਸਿੱਖਾਂ ਦੇ ਚਿਹਰੇ ਨਾਲ, ਪਗੜੀ ਦੇ ਨਾਲ, ਸਾਡੇ ਦਸਤਾਰ ਨਾਲ ਪਹਿਚਾਣ ਬਣੀ। ਧਰਮ ਅਤੇ ਵਿਰਸਾ ਕਲੱਬ ਲੁਧਿਆਣਾ ਦਸਾਰਾ ਬੰਨਣ ਅਤੇ ਵੰਡਣ ਦੀ ਸੇਵਾ, ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਹਨਾਂ ਦੀ ਟੀਮ ਵੱਲੋਂ, ਸਮੁੱਚੀ ਟੀਮ ਵੱਲੋਂ ਗੱਲ ਕਰਾਂਗੇ। ਕੀ ਨਾਂ ਜੀ ਤੁਹਾਡਾ? ਮਨਜੀਤ ਸਿੰਘ ਹੈ ਜੀ, ਜਨਰਲ ਸਕੱਤਰ ਧਰਮ ਅਤੇ ਵਿਰਸਾ ਕਲੱਬ ਲੁਧਿਆਣਾ ਜੀ। ਮਨਜੀਤ ਜੀ, ਕਿਵੇਂ ਇੱਛਾ ਹੋਈ, ਕਿਵੇਂ ਜਾਗੀ? ਨੌਜਵਾਨ ਬੱਚਿਆਂ ਨੂੰ ਤੁਸੀਂ ਸਿੱਖੀ ਦੇ ਲੜ ਲਾਉਣ ਦੀ ਗੱਲ ਆ, ਵੱਡਾ ਉਪਰਾਲਾ ਹੈ। ਸਭ ਤੋਂ ਪਹਿਲਾਂ ਉਸ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਆ ਜਿਨ੍ਹਾਂ ਦੀ ਸ਼ਹਾਦਤ ਦੀ ਬਦੌਲਤ ਅਸੀਂ ਅੱਜ ਸਿੱਖੀ ਦਾ ਮਾਣ ਮਾਣ ਰਹੇ ਹਾਂ, ਇਹ ਪੱਗ ਦੀ ਲਾਜ ਰੱਖ ਰਹੇ ਹਾਂ। ਇਹ ਗੁਰੂ ਸਾਹਿਬ ਨੇ ਸਾਨੂੰ ਦਾਤ ਬਖਸ਼ੀ ਸੀ, ਅੱਜ ਬੜੀ ਕਿਰਪਾ ਹੋਈ ਹੈ। ਅੱਜ ਉਸੇ ਗੁਰੂ ਸਾਹਿਬ ਦੀ ਦਾਤ ਨੂੰ ਅਸੀਂ ਅੱਗੇ ਤੋਰਦੇ ਹੋਏ, ਜੋ ਪਤਿਤ ਪੁਣੇ ਦੀ ਮੁਹਿੰਮ ਚੱਲੀ ਹੋਈ ਆ, ਅੱਜ ਦੀ ਜੋ ਨੌਜਵਾਨ ਪੀੜ੍ਹੀ ਹੈ ਪਤਿਤ ਪੁਣੇ ਬਹੁਤ ਜ਼ਿਆਦਾ ਗਿਣਤੀ ਵਿੱਚ ਹੋ ਗਈ ਹੈ, ਅਸੀਂ ਉਸ ਪਤਿਤ ਪੁਣੇ ਰੋਕਣ ਵਾਸਤੇ ਇਸ ਮਹਾਨ ਧਰਤੀ ਦੇ ਉੱਪਰ, ਇਹ ਮਹਾਨ ਸ਼ਹੀਦਾਂ ਦੀ ਧਰਤੀ ਉੱਪਰ ਇਹ ਪ੍ਰਣ ਕਰਕੇ ਆਏ ਸੀ। ਇਹ ਗੁਰੂ ਸਾਹਿਬ ਸਾਨੂੰ ਬਲ ਬਖਸ਼, ਸਾਡੀ ਕਲੱਬ ਨੂੰ ਬਲ ਬਖਸ਼, ਕੀ ਹੋ ਸਕੇ ਅਸੀਂ ਸਿੱਖੀ ਪ੍ਰਤੀ ਅਤੇ ਸਿੱਖਾਂ ਪ੍ਰਤੀ ਜਾਗਰੂਕ ਕਰਨ ਵਾਸਤੇ, ਪੱਗ ਪ੍ਰਤੀ ਜਾਗਰੂਕ ਕਰਨ ਵਾਸਤੇ ਇੱਕ ਮੁਹਿੰਮ ਛੇੜੀ ਹੈ। ਇਹ ਮਿਸਾਲ ਪਹਿਲੀ ਵਾਰ ਹੋਈ ਹੈ ਕਿ ਇਸ ਪਵਿੱਤਰ ਧਰਤੀ ਦੇ ਉੱਪਰ ਕੋਈ ਸਭਾ ਜਾਂ ਕਲੱਬ ਨੇ ਨੌਜਵਾਨ ਪੀੜ੍ਹੀ ਨੂੰ ਪੱਗ ਪ੍ਰਤੀ ਜਾਗਰੂਕ ਕੀਤਾ, ਔਰ ਸਾਡਾ ਇਹ ਉਪਰਾਲਾ ਬੜਾ ਸਫਲ ਰਿਹਾ, ਬੜੀ ਕਿਰਪਾ ਹੋਈ ਹੈ। ਜਿੱਥੇ ਸਾਨੂੰ ਪ੍ਰਸ਼ਾਸਨ ਨੇ ਉੱਥੇ ਸਾਡੀ ਗੁਰਦੁਆਰਾ ਕਮੇਟੀ ਨੇ ਬਹੁਤ ਸਹਿਯੋਗ ਦਿੱਤਾ ਹੈ। ਜੇ ਅਸੀਂ ਸਾਨੂੰ ਇਸ ਤਰ੍ਹਾਂ ਸਹਿਯੋਗ ਦਿੰਦੇ ਰਹਿਣ, ਕੋਸ਼ਿਸ਼ ਕਰਾਂਗੇ ਆਉਂਦੇ ਸਮੇਂ ਵਿੱਚ ਅਸੀਂ ਇਸ ਤਰ੍ਹਾਂ ਦੀ ਕੋਸ਼ਿਸ਼ਾਂ ਜਾਰੀ ਰੱਖਾਂਗੇ, ਉਹ ਸੇਵਾ ਪ੍ਰਤੀ ਸਮਰਪਿਤ ਰਹਾਂਗੇ ਜੀ। ਦਸਤਾਰ ਬੰਦੀ ਨੂੰ ਲੈ ਕੇ ਸਿੱਖੀ ਕਾਇਮ ਕਰਨ ਲਈ ਧਰਮ ਅਤੇ ਵਿਰਸਾ ਕਲੱਬ ਲੁਧਿਆਣੇ ਵਾਲਿਆਂ ਨੇ ਮੁਹਿੰਮ ਵਿੱਢੀ ਹੈ। ਅੱਗੇ ਵੀ ਇਹ ਦਸਤਾਰ ਬੰਦੀ ਦੇ ਜਿਹੜੇ ਮੁਕਾਬਲੇ ਨੇ, ਦਸਤਾਰ ਬੰਦੇ ਲੰਗਰੇ ਲਾਉਂਦੇ ਰਹਿਣਗੇ। ਹਾਂਜੀ, ਕੀ ਨਾਂ ਜੀ ਤੁਹਾਡਾ? ਦਲਜੀਤ ਸਿੰਘ। ਦਲਜੀਤ ਸਿੰਘ, ਅੱਜ ਤੁਸੀਂ ਲੁਧਿਆਣੇ ਤੋਂ ਆਏ ਹੋ? ਹਾਂਜੀ ਹਾਂਜੀ। ਫਿਰ ਅੱਜ ਸੇਵਾ ਕਰਨ ਆਏ ਹੋ? ਬਿਲਕੁਲ ਸਰ। ਮਨ ਕਿਵੇਂ ਬਣਿਆ? ਬਹੁਤ ਵਧੀਆ ਜੀ, ਅਸੀਂ ਹਰੇਕ ਸਾਲ ਉਪਰਾਲਾ ਕਰਿਆ ਕਰਾਂਗੇ ਸਰ। ਹਾਂਜੀ ਹਾਂਜੀ। ਹਾਂਜੀ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਸੁਰਜੀਤ ਸਿੰਘ। ਸੁਰਜੀਤ ਸਿੰਘ, ਕੀ ਮੈਸੇਜ ਹੈ ਤੁਹਾਡਾ ਨੌਜਵਾਨ ਮੁੰਡਿਆਂ ਨੂੰ? ਨੌਜਵਾਨ ਮੁੰਡਿਆਂ ਨੂੰ ਹੈ ਕਿ ਆਪਣੀ ਮਤਲਬ ਇਹ ਸਿੱਖੀ ਕੀ ਧਾਰੋ, ਅਤੇ ਇਹ ਹੁਣ ਆਪਣੇ ਮਤਲਬ ਕਿ ਦੇਖੋ ਗੁਰੂ ਨੂੰ ਪਤਾ ਲੱਗਿਆ ਸੀ ਸਾਰਿਆਂ ਨੇ ਕਿ ਇਹ ਸਿੱਖੀ ਕੀ ਧਾਰੀ ਆ ਜੀ। ਹਾਂਜੀ, ਬੜੀਆਂ ਕੁਰਬਾਨੀਆਂ ਤੋਂ ਬਾਅਦ ਦਸਤਾਰ ਮਿਲੀ ਆ ਸਾਡੇ ਪੁਰਖਿਆਂ ਨੇ, ਸਾਡਿਆਂ ਯੋਧਿਆਂ ਨੇ ਸ਼ਹੀਦੀਆਂ ਪਾਈਆਂ ਇਹ ਦਸਤਾਰ ਵਾਸਤੇ, ਦਾੜਿਆਂ ਵਾਸਤੇ ਵੱਡੀ ਮਹਿੰਗੀ ਸਿੱਖੀ ਆ। ਹਾਂਜੀ ਟਵਾਣਾ ਜੀ, ਤੁਸੀਂ ਜਾਰੀ ਰੱਖੋਗੇ ਇਹ ਜਿਹੜਾ ਆਪਣੇ ਦਸਤਾਰਬੰਦੀ ਉਹ ਆ ਲੰਗਰ? ਅਸੀਂ ਬਿਲਕੁਲ ਜਾਰੀ ਰੱਖਾਂਗੇ ਜੀ। ਜਿਵੇਂ ਅਸੀਂ ਦੇਖਿਆ ਪੰਜਾਬ ਦੇ ਵਿੱਚ ਜਿਹੜਾ ਨੌਜਵਾਨ ਆ ਥੋੜ੍ਹਾ ਜਿਹਾ ਆਪਣਾ ਸਿੱਖ ਧਰਮ ਤੋਂ ਦੂਰ ਹੁੰਦਾ ਜਾ ਰਿਹਾ, ਗੱਲ ਕਹਿਣ 'ਚ ਕੋਈ ਗੁਰੇਜ਼ ਨਹੀਂ। ਚਾਹੇ ਸਾਡੇ ਗੁਰੂ ਸਾਹਿਬਾਨ ਦੀਆਂ ਬਹੁਤ ਵੱਡੀਆਂ ਸ਼ਹਾਦਤਾਂ ਨੇ, ਕੁਰਬਾਨੀਆਂ ਨੇ, ਅਗਰ ਆਪਣੇ ਧਰਮ ਦੀ ਗੱਲ ਕਰੀਏ, ਆਪਣੇ ਰਿਜ਼ਮ ਦੀ ਗੱਲ ਕਰੀਏ, ਸ਼ਾਇਦ ਦੁਨੀਆ ਦੇ ਵਿੱਚ ਜੇ ਸ਼ਹਾਦਤਾਂ ਦੀ ਗੱਲ ਕਰੀਏ ਸਾਡਾ ਧਰਮ ਸਰਵੋਤਮ ਆ। ਸਾਨੂੰ ਆਪਣੇ ਧਰਮ ਨੂੰ ਪ੍ਰਫੁੱਲਤ ਕਰਨ ਲਈ ਜੇ ਅਸੀਂ ਦਸਤਾਰਧਾਰੀ ਹੋਵਾਂਗੇ, ਗੁਰੂ ਸਾਹਿਬ ਨੇ ਵੀ ਸਾਨੂੰ ਉਪਦੇਸ਼ ਦਿੱਤਾ ਜਿਹੜਾ ਮੇਰਾ ਖਾਲਸਾ ਹਜ਼ਾਰਾਂ ਲੱਖਾਂ ਦੇ ਵਿੱਚ ਪਛਾਣਿਆ ਜਾਊਗਾ। ਸੋ ਸਾਡੇ ਧਰਮ ਨੂੰ ਬਚਾਉਣ ਲਈ ਵੀ ਜਿਸ ਸਥਾਨ 'ਤੇ ਅੱਜ ਅਸੀਂ ਖੜ੍ਹੇ ਹਾਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ, ਇਹਨਾਂ ਛੋਟੇ ਛੋਟੇ ਬੱਚਿਆਂ ਨੇ ਜੋ ਸ਼ਹਾਦਤਾਂ ਦਿੱਤੀਆਂ ਨੇ ਉਹ ਸਾਡੇ ਧਰਮ ਨੂੰ ਬਚਾਉਣ ਦੇ ਲਈ ਦਿੱਤੀਆਂ ਨੇ। ਜੇ ਅੱਜ ਹਿੰਦੂ ਧਰਮ ਆ, ਜੇ ਅੱਜ ਸਿੱਖ ਧਰਮ ਆ, ਇਹਨਾਂ ਸ਼ਹਾਦਤਾਂ ਦੀ ਬਦੌਲਤ ਆ। ਸਾਨੂੰ ਕਦੇ ਵੀ ਸ਼ਹੀਦਾਂ ਦੇ ਖੂਨ ਨੂੰ ਜਾਇਆ ਨਹੀਂ ਜਾਣ ਦੇਣਾ ਚਾਹੀਦਾ। ਇਹਨਾਂ ਤੋਂ ਸੇਧ ਲੈ ਕੇ ਨੌਜਵਾਨੀ ਨੂੰ ਅੱਗੇ ਆ ਕੇ ਸਿੱਖੀ ਨੂੰ ਹੋਰ ਪ੍ਰਫੁੱਲਿਤ ਕਰਕੇ ਜਿੰਨਾ ਵਾਧਾ ਹੋ ਸਕੇ ਕੀਤਾ ਜਾਣਾ ਚਾਹੀਦਾ, ਕਿਉਂਕਿ ਜੋ ਸਿੱਖ ਆ ਅੱਜ ਅਸੀਂ ਦੇਖ ਰਹੇ ਹਾਂ ਕਿ ਚਾਹੇ ਸਾਡੀ ਗਿਣਤੀ ਦੇ ਵਿੱਚ ਅਸੀਂ ਸ਼ਾਇਦ 2 ਕਰੋੜ ਹੀ ਹਾਂ, ਪਰ ਗੁਰੂ ਸਾਹਿਬ 'ਤੇ ਸਾਡੀ ਇੰਨੀ ਮਿਹਰ ਆ, ਉਹਨਾਂ ਦਾ ਸਾਡੇ ਦੇ ਸਿਰ 'ਤੇ ਇੰਨਾ ਹੱਥ ਹੈ ਨਾ। ਕਿਸੇ ਵੀ ਕੰਮ ਦੇ ਵਿੱਚ ਜਦੋਂ ਕਿਤੇ ਵੀ ਲੋਕ ਭਲਾਈ ਦਾ ਕੰਮ ਹੋਵੇ, ਸਭ ਤੋਂ ਪਹਿਲਾਂ ਸਾਡਾ ਧਰਮ ਆਉਂਦਾ। ਸੋ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਨੌਜਵਾਨੀ ਨੂੰ ਕਿ ਇਸ ਮੁਹਿੰਮ ਨੂੰ ਜਿੰਨਾ ਵੱਧ ਤੋਂ ਵੱਧ ਹੋ ਸਕੇ ਤੁਸੀਂ ਚਲਾਓ, ਤਾਂ ਜੋ ਪਤਿਤ ਬਣੇ ਤੋਂ ਹਟ ਕੇ ਜਿਹੜੀ ਸਾਡੀ ਨੌਜਵਾਨੀ ਆ ਉਹ ਸਿੱਖੀ ਵਾਲਾ ਸਿੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ ਪੰਥ ਸਾਜਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸੇ ਦੇ ਵਿੱਚ ਹੀ ਹੈ, ਖਾਲਸੇ ਹੂੰ ਮੈਂ ਕਰੂੰ ਨਿਵਾਸ, ਖਾਲਸਾ
छोटे छोटे बच्चों ने जो पहली बार दस्तार बनी है। हाँ जी की नाम है जी? लवी। नबी अज पग पहली बार बनी है दस्तार? नहीं पहला भी बनी है। पहला भी बनी है। गुरुओं ने किदे नाम दसने तो? हां जी बाबा जी दे चार साहब दादा दे नाम सुने। बाबा जी सिंह जी, बाबा जुड़ार सिंह जी, बाबा जुड़ावर सिंह जी, बाबा फतेह सिंह जी। आज पर की है इथे? आज आए हैं आप फतेहगढ़ साहब। आज केड़ा दिहाड़ा है? शहीदी जोड़ मेला है। आज शहीदी जोड़ मेला। ठीक है। हां जी की नाम जी? मेरा गुरु दा खालसा। नवजोत कौर खालसा। खालसा जी पर की स्नेह है? की कहना चाहते हो? साहब जी दा नाम पहले बाबा जीत सिंह जी, दूजे बाबा जुहार सिंह जी, तीजे बाबा जोरावर सिंह जी, चौथे बाबा फतेह सिंह जी। आज शहीदी दिहाड़ा है? हां जी। केड़े-केड़े बाबेयां दा? जोरावर सिंह, फतेह सिंह। फिर आज तुसी पर शरदा दे फुल भेंट कीते? हां जी जी। मत्था टेकया? हां जी। सानू साडे बच्चियां नू सिखाउणा चाहीदा। देखो छोटे-छोटे बच्चियां नू चार साहिबजादियां दे 10 गुरुआं दे नाम पता है। सारे मां-प्यो नू रिक्वेस्ट अपने बच्चों नू सिक्खी नाल जोड़ो, सिक्खी तो दूर ना करो, आप भी पढ़ो, बच्चों नू भी पढ़ाओ। आपां गल करांगे दस्तार बनन आए नौजवान दे नाल। की नाम जी तुहाडा? रमन कुमार जी। रमन कुमार नौ है हुण सिंह सजना इन्हां ने रमन कुमार सिंह नौ रखणगे। हाँ जी जी जरूर रखांगे, जरूर रखांगे जी। लाड़ा भी रखोगे? जरूर जी। रमन कुमार तो रमन सिंह? रमनदीप सिंह बनांगे जी। रमनदीप सिंह, बल्ले बल्ले रमनदीप सिंह नौ रखना इस नौजवान ने रमन कुमार तो। बहुत बड़ी महाराज की कृपा हुई है। पारण किया? हाँ जी पारण किया। जो सरदार बनना है? हाँ जी हाँ जी करदा जी, पारण करदा। हाँ जी मैं बनना, पारण करदा। गुरु गोबिंद सिंह जी की कृपा ना बनना जी। बनना बनना जी, जरूर बनांगे जी। बहुत बड़ी पार कृपा है, कुमार तो सिंह बनना है, बड़ी गल है। गुरप्रीत टवाणा जी नाल गल करांगे। हाँ जी हाँ जी असीं शहीदां दी धरती ते जी फतेहगढ़ साहब जी गुरु घर दे मत्था टेकन आया जी। गुरु घर दे कातों आए हो? अपने शहीदी जोड़ मेले ते जी। शहीदी जोड़ मेला? हाँ जी। ए जिहड़ा केड़े केड़े शहीद ने जिहड़े अज? बाबा जोरावर सिंह, बाबा फतेह सिंह जी जी। हाँ जी। हरेक साल आउंदे? हाँ जी हरेक साल आउंदे जी। होर सेवा करदे उत्थे आ के? सेवा बाजी अजा पगा की सेवा लगी हुई है जी, परमात्मा ने लाई हुई है जी। दस्तारबंदी का जी पूरी कृपा जी, परमात्मा की फुल कृपा, फ्री जल सेवा ना लगी हुई है, परमात्मा ने लाई हुई है 15-20 साल तो। वो भी रब वास्ते चल रही है वधिया जी। बड़ी कृपा है जी, जल की सेवा लुधियाने दे विच वो भी जल की सेवा करनी बहुत बड़ी कृपा है। इन्हां ते सेवा बिना कृपा तो नहीं होंगी। दाते ने बल बख्शा इन्हां नूं, जिवें मर्जी करदे ने सेवा करदे ने। ਅੱਜ ਪਰਮਾਤਮਾ ਨੇ ਕਿੰਨੇ ਟਰੈਕਟਰ ਟਰਾਲੀਆਂ ਰੱਖੀਆਂ ਆਪਣੇ ਕੋਲ ਜੀ? 5 ਟੈਂਕਰ ਆ ਜੀ, ਟਰੈਕਟਰ ਆ ਜੀ, ਤੇ 15-20 ਸਾਲਾਂ ਤੋਂ ਵਧੀਆ ਮਾਲਕ ਦੀ ਕਿਰਪਾ ਨਾਲ ਚੱਲ ਰਿਹਾ ਕੰਮ ਜੀ। ਜਿਸ ਦਿਨ ਤੋਂ ਮੈਂ ਇਹਨਾਂ ਨੂੰ ਮਿਲਿਆ ਸੀ ਉਦੋਂ ਇੱਕ ਟਰੈਕਟਰ ਇੱਕ ਟੈਂਕ ਸੀਗਾ, ਮੈਨੂੰ ਲੱਗਦਾ ਅੱਜ 5 ਹੋ ਗਏ। ਕਿੱਡੀ ਮਹਾਰਾਜ ਦੀ ਪਾਰ ਕਿਰਪਾ ਟਵਾਣਾ ਜੀ ਤੇ। ਤੇ ਅੱਜ ਬਾਕੀ ਪਰਮਾਤਮਾ ਨੇ ਮਿਹਰ ਕੀਤੀ, ਅੱਜ ਕਿਲੋਮੀਟਰ ਸਕੀਮ ਵਾਲੀ 5 ਬੱਸ ਉਹਨਾਂ ਨੇ ਵੀ ਸਾਨੂੰ ਫ੍ਰੀ ਬੱਸ ਭੇਜੀ ਆ ਜੀ। ਅੱਜ ਸਾਡੇ ਪਰਮਾਤਮਾ ਵੱਲੋਂ ਵੀ ਆ ਜਿਹੜੀ ਕਿਲੋਮੀਟਰ ਵਾਲੀ ਆ ਬੱਸ ਆ ਜੀ, ਉਹਨਾਂ ਨੇ ਤੇਲ ਵੀ ਸਾਨੂੰ ਪਵਾ ਕੇ ਦਿੱਤਾ, ਸੰਗਤ ਵੀ ਅੱਜ ਸਾਰੀ ਫ੍ਰੀ ਲੁਧਿਆਣੇ ਤੋਂ ਲੈ ਕੇ ਆਇਆ ਜੀ। ਬਹੁਤ ਵੱਡੀ ਕਿਰਪਾ। ਹਾਂਜੀ ਬਹੁਤ ਕਿਰਪਾ ਜੀ, ਬਹੁਤ ਵੱਡੀ ਕਿਰਪਾ ਇਸ ਪਰਿਵਾਰ ਤੇ। ਪਰਮਾਤਮਾ ਇਦਾਂ ਹੀ ਕਿਰਪਾ ਬਣਾ ਕੇ ਰੱਖੇ। ਬਹੁਤ ਵਧੀਆ ਕਾਰਜ ਨੇ ਜਿਹੜੇ ਦੋਵੇਂ ਭਰਾ ਇਹ ਟਵਾਣਾ ਭਰਾ ਦਿਨ ਰਾਤ ਕੰਮ ਕਰਦੇ ਨੇ, ਬਹੁਤ ਕਿਰਪਾ ਹੈ ਇਹ ਇਹ ਇਹਨਾਂ ਤੇ ਵੀ ਇੰਨੀ ਕਿਰਪਾ ਰਹੀ ਆ। ਇਹ ਵੀ ਮੋਨੇ ਸੀਗੇ, ਰੱਬ ਨੇ ਦਸਤਾਰ ਬਣਾਈ, ਕਿਰਪਾ ਕਰਤੀ। ਬਸ ਬਸ ਜੀ, ਬਿਲਕੁਲ ਬਿਲਕੁਲ ਜੀ, ਪਰਮਾਤਮਾ ਦੇ ਬਿਲਕੁਲ ਕੀਤੀ ਹੈ, ਬਿਲਕੁਲ ਕੀਤੀ ਹੈ ਜੀ। ਪਰਮਾਤਮਾ ਦੇ ਹੁਕਮ ਨਾਲ ਸਾਰਾ ਕੁਛ ਹੁੰਦਾ ਜੀ। ਅਤੇ ਜੀ ਅੱਜ ਗੁਰੂ ਸਾਹਿਬ ਨੇ ਦਸਤਾਰ ਬਣਾਈ ਆ ਅਤੇ ਤਾਂ ਹੀ ਸੋਚ ਬਣੀ ਆ ਕਿ ਦਸਤਾਰਾਂ ਦੇ ਲੰਗਰ ਦੀ ਵੀ, ਅਤੇ ਉਹਨਾਂ ਦੀ ਕਿਰਪਾ ਨਾਲ ਹੀ ਸਾਰਾ ਕੁਛ ਹੁੰਦਾ। ਬਾਕੀ ਵੱਡੇ ਭਰਾਵਾਂ ਦਾ ਸਹਿਯੋਗ ਵੀ ਆ ਜੀ, ਸਹਿਯੋਗ ਨਾਲ ਵੀ ਸਾਰਾ ਕੁਛ ਹੁੰਦਾ ਜੀ। कैमरामैन कृष्ण नाल बहादुर सिंह टवाणा, पंजाबी सरगर्मियां, फतेहगढ़ साहब।